ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਅਤੇ ਮੈਂ ਹਾਂ ਮੀਆਂ ਆਸਫ ਅਲੀ ਅਤੇ ਮੌਜੂਦ ਹਾਂ ਇਸ ਟਾਈਮ ਮੈਂ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ 'ਚ ਅਤੇ ਸਾਡੇ ਨਾਲ ਇੱਕ ਬੇਲੀ ਮੌਜੂਦ ਹੈ ਇੱਥੇ ਵਲੋਗਰ ਆ ਇੰਡੀਆ ਤੋਂ ਆਏ ਆ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਪਹਿਲਾਂ ਹੀ ਦੱਸੋ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਵੈਸੇ ਮੇਰਾ ਜਿਹੜਾ ਚੈਨਲ ਹੈ ਉਹ ਤਰਨ ਵਲੋਗਸ ਦੇ ਨਾਮ ਤੋਂ ਹੈ ਯੂਟਿਊਬ 'ਤੇ ਅਤੇ ਅਸੀਂ ਜਿੱਦਾਂ ਕਿ ਆਏ ਹਾਂ ਅਤੇ ਅਸੀਂ ਵੀ ਵਲੋਗ ਕਰਨ ਆਏ ਹਾਂ ਤਾਂ ਕਿ ਅਸੀਂ ਆਪਦੇ ਜਿਹੜੀ ਮਤਲਬ ਫੈਨ ਫੋਲੋਇੰਗ ਜਾਂ ਦੋਸਤ ਲਾ ਲਓ ਉਹਨਾਂ ਨੂੰ ਵੀ ਅਸੀਂ ਦੱਸ ਸਕੀਏ ਵੀ ਇਸ ਤਰ੍ਹਾਂ ਤੁਸੀਂ ਆਉਣਾ ਹੈ ਆਹ ਲਾਂਘੇ ਤੋਂ ਆਉਣਾ ਹੈ ਕਿੱਦਾਂ ਦਰਸ਼ਨ ਕਰਨੇ ਅਸੀਂ ਸਾਰੀ ਵੀਡੀਓ ਬਣਾਈ ਹੈ ਅਤੇ ਜ਼ਰੂਰ ਦੇਖਿਓ ਤੁਸੀਂ ਸਾਰੇ। ਅੱਛਾ ਤੁਸੀਂ ਵਲੋਗ ਤਾਂ ਬਣਾਉਂਦੇ ਹੀ ਰਹਿੰਦੇ ਹੋ ਜ਼ਾਹਿਰ ਆ ਤੁਹਾਡਾ ਪੂਰਾ ਚੈਨਲ ਮੌਜੂਦ ਆ ਅਤੇ ਇਹ ਦੱਸੋ ਜਿਹੜਾ ਅੱਜ ਦਾ ਵਲੋਗ ਹੈ ਤੁਹਾਡਾ ਇਹਦੇ ਵਿੱਚ ਅਤੇ ਪੁਰਾਣੇ ਵਲੋਗਾਂ 'ਚ ਤੁਹਾਨੂੰ ਕੀ ਫਰਕ ਲੱਗਿਆ? ਜਿਹੜਾ ਮੇਰਾ ਅੱਜ ਦਾ ਵਲੋਗ ਹੈ ਉਹ ਤੁਸੀਂ ਹਿਸਾਬ ਲਾ ਲਓ ਸਭ ਤੋਂ ਇਤਿਹਾਸ ਦਾ ਮਤਲਬ ਇਤਿਹਾਸਿਕ ਹੀ ਵਲੋਗ ਆਪਾਂ ਕਹਿ ਸਕਦੇ ਹਾਂ ਉਹਨੂੰ, ਕਿਉਂਕਿ ਇਹ ਜਿਹੜਾ ਵਲੋਗ ਹੈ ਇਹ ਵਲੋਗ ਨਹੀਂ ਇਹ ਦਿਲ ਦੇ ਨਾਲ ਜਿਹੜੀਆਂ ਆਪਣੀਆਂ ਤਾਰਾਂ ਜੁੜੀਆਂ ਇੱਥੋਂ ਦੀਆਂ ਵੀ ਜਿਹੜੇ ਇੱਥੋਂ ਦੇ ਲੋਕ ਹੈ ਉਹਨਾਂ ਨਾਲ ਆਪਾਂ ਮਿਲੇ ਹਾਂ ਵੀ ਉਹ ਐਂ ਲੱਗਿਆ ਵੀ ਆਪਾਂ ਨੂੰ ਕੋਈ ਮਹਿਸੂਸ ਨਹੀਂ ਹੋਇਆ ਵੀ ਅਸੀਂ ਪਾਕਿਸਤਾਨ 'ਚ ਆਏ ਹਾਂ, ਇੰਨਾ ਪਿਆਰ ਮਿਲਿਆ ਸਾਨੂੰ ਇਸ ਤੋਂ ਜ਼ਿਆਦਾ ਪਿਆਰ ਨਾ ਤਾਂ ਅਸੀਂ ਕਦੇ ਇੰਡੀਆ ਦੇ ਵਿੱਚ ਸਾਨੂੰ ਮਿਲਿਆ ਅਤੇ ਜਿੰਨਾ ਪਾਕਿਸਤਾਨ 'ਚ ਮਿਲਿਆ ਸਾਨੂੰ। ਅੱਛਾ ਵਾਹ, ਇਹ ਤਾਂ ਗੱਲ ਤੁਹਾਡੀ ਬੜੀ ਵੱਡੀ ਆ, ਵਧੀਆ ਗੱਲ ਆ ਕਿ ਇੰਨਾ ਪਿਆਰ ਕਿਤੇ ਨਹੀਂ ਮਿਲਿਆ ਤੁਹਾਨੂੰ। ਅਤੇ ਤੁਸੀਂ ਇਹ ਦੱਸੋ ਕਿ ਤੁਸੀਂ ਉੱਥੋਂ ਆਏ ਉੱਥੋਂ ਲੈ ਕੇ ਇੱਥੇ ਤੱਕ ਪਹੁੰਚਣ ਦਾ ਜਿਹੜਾ ਤੁਹਾਡਾ ਪੂਰਾ ਰਸਤਾ ਵਗੈਰਾ ਉਹਦੇ ਬਾਰੇ 'ਚ ਵੀ ਥੋੜ੍ਹਾ ਜਿਹਾ ਦੱਸ ਦਿਓ ਕਿ ਸਾਡੇ ਸੁਣਨ ਵਾਲੇ ਆ ਜਿਹੜੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ, ਤੁਸੀਂ ਤਾਂ ਵਲੋਗ ਜਾ ਕੇ ਪਾ ਹੀ ਦੇਣਾ ਸਾਡੇ ਸੁਣਨ ਵਾਲੇ ਨੂੰ ਪਤਾ ਲੱਗ ਜਾਵੇ ਕਿ ਉੱਥੋਂ ਲੈ ਕੇ ਪਾਕਿਸਤਾਨ ਪਹੁੰਚਣ ਤੱਕ ਦਰਬਾਰ ਸਾਹਿਬ ਪਹੁੰਚਣ ਤੱਕ ਤੁਸੀਂ ਕੀ ਕੀ ਕੁਛ ਦੇਖਿਆ? ਸਟਾਰਟਿੰਗ ਤੋਂ ਸਭ ਤੋਂ ਪਹਿਲਾਂ ਜਿਹੜਾ ਇੰਡੀਆ ਦੇ ਵਿੱਚ ਅਸੀਂ ਜਿਹੜਾ ਵੀ ਮਤਲਬ ਆਉਣਾ ਚਾਹੁੰਦਾ ਉਹਨੂੰ ਪਹਿਲਾਂ ਔਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪਊਗੀ ਜਾਂ ਕੋਈ ਨੇੜੇ ਦੇ ਜਿਵੇਂ ਕਿ ਸਾਂਝ ਕੇਂਦਰ ਹੁੰਦੇ ਆ ਉਹਨਾਂ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਪਊਗੀ। ਉਸ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਆਉਂਦੀ ਹੈ, ਵੈਰੀਫਿਕੇਸ਼ਨ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਆਪਾਂ ਨੂੰ ਅਪੁਆਇੰਟਮੈਂਟ ਮਿਲਦੀ ਹੈ, ਫਿਰ 4 ਦਿਨ ਪਹਿਲਾਂ ਸਾਨੂੰ ਮਤਲਬ ਜਿਹੜੀ ਡੇਟ ਮਿਲਦੀ ਹੈ ਉਸ ਤੋਂ 4 ਦਿਨ ਪਹਿਲਾਂ ਸਾਨੂੰ ਇੱਕ ਮੈਸੇਜ ਆਉਂਦਾ, ਉਹ ਮੈਸੇਜ ਦੇ ਰਾਹੀਂ ਜਿਹਨੂੰ ਆਪਾਂ ETA ਫੋਰਮ ਕਹਿੰਦੇ ਹਾਂ ਇੱਥੇ ਆ ਕੇ ETA ਫੋਰਮ ਮਿਲਦਾ, ETA ਫੋਰਮ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਸਾਨੂੰ $20 ਫੀਸ ਦੇਣੀ ਪੈਂਦੀ ਹੈ ਇੱਥੇ, ਅਤੇ ਫੀਸ ਦੇਣ ਤੋਂ ਬਾਅਦ ਬਸ ਸਿੱਧੀ ਐਂਟਰੀ ਹੈ, ਹੋਰ ਕੁਛ ਮਤਲਬ ਇਹਦੇ 'ਚ ਲੰਬਾ ਚੌੜਾ ਪ੍ਰੋਸੈਸ ਨਹੀਂ ਹੈਗਾ। ਅਸੀਂ ਸਫ਼ਰ 'ਤੇ ਅਸੀਂ ਆਪਦਾ ਬਾਈਕ ਹੈ, ਬੁਲਟ ਬਾਈਕ ਹੈ ਸਾਡਾ, ਉਹ ਵਲੋਗ 'ਚ ਜਿਹੜੇ ਸਾਨੂੰ ਵੇਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ, ਬੁਲਟ 'ਤੇ ਅਸੀਂ ਆ ਕੇ ਅਤੇ ਡੇਰਾ ਬਾਬਾ ਨਾਨਕ ਰੁਕ ਕੇ ਉੱਥੇ ਟਰਮੀਨਲ ਬਣਿਆ ਹੋਇਆ, ਟਰਮੀਨਲ 'ਤੇ ਰੁਕ ਕੇ ਫਿਰ ਅਸੀਂ ਉਸ ਤੋਂ ਬਾਅਦ ਅੰਦਰ ਐਂਟਰ ਕੀਤੇ ਇੰਡੀਅਨ ਅੰਬੈਸੀ ਦੇ ਵਿੱਚ, ਇੰਡੀਅਨ ਅੰਬੈਸੀ ਤੋਂ ਫਿਰ ਪਾਕਿਸਤਾਨ ਅੰਬੈਸੀ ਦੇ ਵਿੱਚ, ਬਸ ਉੱਥੋਂ ਐਂਟਰ ਕਰਕੇ ਫਿਰ ਸਾਡਾ ਜਿਹੜਾ ਤੁਹਾਨੂੰ ਤੁਹਾਡੀ ਜਿਹੜੀ ਆਵਾਮ ਨੇ ਕੀਤਾ ਮਤਲਬ ਬੜਾ ਵਧੀਆ ਸਾਡਾ ਉਹ ਤੁਹਾਡੇ ਸਾਹਮਣੇ ਹੀ ਹੈ। ਜਦੋਂ ਮੈਂ ਸਟਾਰਟਿੰਗ ਦੇ ਵਿੱਚ ਹੀ ਦਰਬਾਰ ਸਾਹਿਬ ਅਸੀਂ ਮਤਲਬ ਜਿੱਥੋਂ ਆਪਾਂ ਕਰੰਸੀ ਐਕਸਚੇਂਜ ਕਰਾਉਂਦੇ ਹੈ ਉੱਥੋਂ ਮਤਲਬ 1 ਕਿਲੋਮੀਟਰ ਅੱਗੇ ਆ ਕੇ ਦਰਬਾਰ ਸਾਹਿਬ ਸਾਨੂੰ ਦੇਖਣ ਲੱਗ ਜਾਂਦਾ ਵੀ ਦਰਬਾਰ ਸਾਹਿਬ ਦਿਖਿਆ ਅਤੇ ਸਾਨੂੰ ਇੱਦਾਂ ਫੀਲ ਹੋਇਆ ਜਿੱਦਾਂ ਬਾਬਾ ਜੀ ਨਾਨਕ ਜੀ ਸਾਹਮਣੇ ਬੈਠੀ ਹੈ, ਬਸ ਇੱਦਾਂ ਦਾ ਫੀਲ ਹੋਇਆ ਵੀ ਇਹ ਬਾਬੇ ਨਾਨਕ ਦੀ ਧਰਤੀ ਹੈ ਅਤੇ ਇੱਥੇ ਆ ਕੇ ਜੋ ਫੀਲ ਹੋਇਆ ਉਹ ਕਿਤੇ ਵੀ ਮਤਲਬ ਹੈ ਨਹੀਂ ਫੀਲ। ਸੁਣਿਆ ਜੀ ਤੁਸੀਂ ਇਹਨਾਂ ਦਾ ਕਹਿਣਾ ਕਿ ਪਿੱਛੋਂ ਤਾਂ ਆਏ ਸਾਰਾ ਦੱਸ ਹੀ ਦਿੱਤਾ ਇਹਨਾਂ ਨੇ ਕਿੱਦਾਂ ਇਹਨਾਂ ਦਾ ਸਫ਼ਰ ਪੂਰਾ ਹੋਇਆ, ਇਹਨਾਂ ਨੇ ਆਪਣਾ ਆ ਕੇ ਉੱਥੇ ਬੁਲਟ ਖੜਾ ਕੀਤਾ ਅਤੇ ਉੱਥੋਂ ਟਰਮੀਨਲ ਤੋਂ ਅੱਗੇ ਆਏ। ਪਰ ਜਿਹੜੀ ਗੱਲ ਇਹਨਾਂ ਦੀ ਅਖੀਰਲੀ ਹੈ ਕਿ ਜਦੋਂ ਇਹ 1 ਕਿਲੋਮੀਟਰ ਪਿੱਛੇ ਸੀਗੇ ਤਾਂ ਇਹਨਾਂ ਨੂੰ ਜਦੋਂ ਦਰਬਾਰ ਸਾਹਿਬ ਦਿਸਣਾ ਸ਼ੁਰੂ ਹੋਇਆ ਇਹਨਾਂ ਦਾ ਕਹਿਣਾ ਕਿ ਸਾਨੂੰ ਤਾਂ ਇੱਦਾਂ ਹੀ ਲੱਗਿਆ ਕਿ ਜਿੱਦਾਂ ਬਾਬਾ ਗੁਰੂ ਨਾਨਕ ਦੇਵ ਜੀ ਸਾਹਮਣੇ ਬੈਠੇ ਹੋਏ ਆ ਅਤੇ ਇਹ ਉਹਨਾਂ ਦੀ ਧਰਤੀ ਆ ਅਤੇ ਉੱਥੇ ਅਸੀਂ ਆ ਗਏ ਹਾਂ। ਅਤੇ ਉਹ ਜਿਹੜੀ ਗੱਲ ਆ ਜਿਹੜੀ ਇਹਨਾਂ ਦੀ ਫੀਲਿੰਗ ਸੀ, ਜਿਹੜੇ ਇਹਨਾਂ ਦੇ ਅਹਿਸਾਸਾਤ ਸੀ, ਉਹ ਲਫਜ਼ਾਂ ਦੇ ਵਿੱਚ ਉਹ ਬਿਆਨ ਨਹੀਂ ਕਰ ਸਕਦੇ ਉਹਨਾਂ ਨੂੰ। ਅਤੇ ਔਰ ਇਹੀ ਵੱਡੀ ਗੱਲ ਆ ਕਿ ਜਿਹੜੇ ਦੂਰਬੀਨ ਰਾਹੀਂ ਦੇਖਦੇ ਸੀ ਉਹ ਸਾਰੇ ਇੱਥੇ ਹੁਣ ਆਉਣਾ ਸ਼ੁਰੂ ਹੋ ਗਏ ਅਤੇ ਜਿੱਦਾਂ ਇੱਥੇ ਆ ਰਹੇ ਆ ਅਤੇ ਜਿੱਦਾਂ ਉਹ ਪਿਆਰ ਮੁਹੱਬਤ ਦੇਖ ਰਹੇ ਆ, ਅਸਲ ਗੱਲ ਇਹ ਆ ਕਿ ਉਹਨਾਂ ਨੂੰ ਜੋ ਪਿਆਰ ਮੁਹੱਬਤ ਇੱਥੇ ਦਿਸ ਰਿਹਾ ਉਹ ਲੈ ਕੇ ਜਾ ਰਹੇ ਆ ਔਰ ਉਹ ਸ਼ਾਇਦ ਸਾਰੀ ਉਮਰ ਦਾ ਉਹਨਾਂ ਲਈ ਸਮਾਨ ਆ।